ਸਤਿ ਸ਼੍ਰੀ ਅਕਾਲ ਜੀ ਸੋ ਅੱਜ ਜਿਹੜਾ ਸੀ ਫਲਾਰ ਕਰਨ ਜਾ ਰਿਆਂ ਇਹ ਵੀ ਰਿਕੁਐਸਟ ਤੇ ਆ ਸਭ ਤੋਂ ਪਹਿਲਾਂ ਦੇਖੋ ਮੈਂ ਤੁਸੀਂ ਦੇਖ ਰਹੇ ਹੋ ਸਰਕਲ ਬਣਾਇਆ ਹੈ ਤੁਹਾਡੇ ਸਾਹਮਣੇ ਇਸ ਕਰਕੇ ਬਣਾ ਰਹੀ ਹਾਂ ਤੁਹਾਨੂੰ ਪਤਾ ਲੱਗ ਸਕੇ ਕਿ ਆਪਾਂ ਕਲਰ ਕਿਦਾਂ ਫਲਾਉਣਾ ਠੀਕ ਹੈ ਮਤਲਬ ਇਹਦੇ ਵਾਸਤੇ ਸਾਨੂੰ ਕੋਈ ਖਾਸ ਫਿਨਿਸ਼ਿੰਗ ਦੀ ਲੋੜ ਨਹੀਂ ਹੁੰਦੀ ਜਸਟ ਕਲਰ ਨੂੰ ਅਪਲਾਈ ਕਰਨਾ ਹੁੰਦਾ ਹੈ ਚੰਗੀ ਤਰ੍ਹਾਂ ਵਿੱਚੋਂ ਕਪੜਾ ਨਹੀਂ ਰਹਿਣਾ ਚਾਹੀਦਾ ਇਸ ਹਿਸਾਬ ਨਾਲ ਅਸੀਂ ਕਲਰ ਨੂੰ ਅਪਲਾਈ ਕਰਨਾ ਹੁੰਦਾ ਮੈਂ ਤਾਂ ਕਰਕੇ ਇਹ ਤੁਹਾਨੂੰ ਵੈਸੇ ਜਦੋਂ ਅਸੀਂ ਇਹਦੇ ਉੱਪਰ ਡਿਜ਼ਾਈਨਿੰਗ ਕਰਾਂਗੇ ਜਾਂ ਫਲਾਰ ਕ੍ਰੀਏਟ ਕਰਾਂਗੇ ਨਾ ਤਾਂ ਇਹ ਜ਼ਰੂਰੀ ਹੁੰਦਾ ਕਿ ਇਹ ਸੁੱਕਾ ਹੋਵੇ ਤਾਂ ਹੁਣ ਜਿਹੜਾ ਵਾਈਟ ਕਲਰ ਜਿੱਥੇ ਮੈਂ ਕੀਤਾ ਹੈ ਇਹਨਾਂ ਨੂੰ ਮੈਂ ਦੋ ਤਰੀਕੇ ਨਾਲ ਫਲਾਰ ਸਿਖਾ ਰਹੀਆਂ ਇੱਕ ਵਾਈਟ ਬੇਸ ਕਰਕੇ ਔਰ ਇੱਕ ਲਾਈਟ ਔਰੇਂਜ ਕਰਕੇ ਔਰੇਂਜ ਦੇ ਵਿੱਚ yellow ਮੰਗਾਇਆ ਤੇ ਆਹ ਦੇਖੋ ਤਿੰਨ ਸਟਾਕ ਲਗਾਏ ਉੱਪਰੋਂ ਸਟਾਰਟ ਕਰਕੇ ਸੈਂਟਰ ਚ ਤਿੰਨ ਸਟਾਕ ਡਬਲ ਬ੍ਰਸ਼ ਤੇ ਡਬਲ ਕਲਰ ਲਗਾ ਕੇ ਦੋਨੋਂ ਸਾਈਡਸ ਤੇ ਫਿਰ ਉਹਦੇ ਵਿੱਚ ਤਿੰਨ ਛੋਟੇ ਸਟਾਕ ਲਗਾ ਦੇਣੇ ਤਿੰਨ ਛੋਟੇ ਸਟਾਕ ਲਗਾਉਣ ਤੋਂ ਬਾਅਦ ਆਪਾਂ ਫਿਰ ਫਲਾਰ ਨੂੰ ਬਾਹਰ ਵਾਲੀ ਸ਼ੇਪ ਦਵਾਂਗੇ ਦੇਖੋ ਇਥੋਂ ਤਿੱਖੀ ਜੀ ਪੱਤੀ ਬਣਾਈ ਉਸੇ ਤਰ੍ਹਾਂ ਹੀ ਬ੍ਰਸ਼ ਤੇ ਡਬਲ ਕਲਰ ਲਗਾ ਕੇ ਡਬਲ ਸਾਈਡ ਤੇ ਤਿੱਖੀ ਪੱਤੀ ਬਣਾਵਾਂਗੇ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਮਰਜ਼ੀ ਬ੍ਰਸ਼ ਲੈ ਲਓ ਮੈਂ 4 ਨੰਬਰ ਦਾ ਲੈ ਰਹੀ ਆ ਜਿਹੜੇ ਤਿੰਨ ਸਟਾਕ ਲਗਾਏ ਸੀ ਨਾ ਉਹਦੇ ਨੀਚੇ ਮੈਂ ਸਿੰਪਲੀ orange ਕਲਰ ਫਲਾਤਾ ਥੋੜਾ ਜਿਹਾ نیچے ਡਾਰਕ ਉੱਪਰ ਥੋੜਾ ਲਾਈਟ ਕਰਤਾ ਠੀਕ ਹੈ ਇੱਥੇ ਆਪਾਂ ਥੋੜੀ ਕਲਰ ਦੀ ਮਿਕਸਿੰਗ ਦੇਣੀ ਆ カラー ਦੀ ਮਿਕਸਿੰਗ ਦੇ ਕੇ ਤੇ ਹੁਣ ਉਹਦੇ ਨਾਲ ਪੱਤੀ ਜਿਸ ਤਰ੍ਹਾਂ ਬਣਾਈ ਦੀ ਨਾ ਉਸੇ ਤਰ੍ਹਾਂ ਹੀ ਸਟਾਕ ਲਗਾ ਦੇਣੇ ਆ ਔਰ ਇਸ ਤੋਂ ਬਾਅਦ ਅਸੀਂ ਬਾਹਰ ਵਾਲੀ ਸ਼ੇਪ ਜਿਹੜੀ ਹੈ ਨਾ ਫਲਾਰ ਦੀ ਬਣਾਵਾਂਗੇ ਗੋਲ ਸਟਾਕ ਮੈਂ ਬਣਾ ਰਹੀ ਹਾਂ ਦੇਖੋ ਤਾਂ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਤੇ ਵੀ ਔਰ ਪੂਰੀ ਤਰ੍ਹਾਂ ਪੂਰੇ ਫਲਾਰ ਦੀ ਜਿਹੜੀ ਅਸੀਂ ਸ਼ੇਪ ਇਸੇ ਤਰ੍ਹਾਂ ਦੇ ਲਵਾਂਗੇ ਠੀਕ ਹੈ ਬ੍ਰਸ਼ ਨੂੰ ਮਤਲਬ ਅਗਰ ਸਟਾਕ ਸਹੀ ਨਹੀਂ ਲੱਗਿਆ ਉਹਦੇ ਤੇ ਦੁਬਾਰਾ ਦੁਬਾਰਾ ਤੁਸੀਂ ਅਪਲਾਈ ਕਰੋਗੇ ਕਲਰ ਤਾਂ ਕਿ ਚੰਗੀ ਤਰ੍ਹਾਂ ਵੈਸੇ ਜਿਹੜਾ ਸਰਫੇਸ ਹੈ ਨਾ ਉਹ ਸਮੂਥ ਹੋ ਹੀ ਜਾਂਦਾ ਜਦੋਂ ਅਸੀਂ بیس ਕਰਦੇ ਆ ਪਰ ਫਿਰ ਵੀ ਕਈ ਵਾਰ ਕੋਈ ਏਰੀਆ ਛੁੱਟ ਜਾਂਦਾ ਇਸ ਕਰਕੇ ਦੁਬਾਰਾ ਦੁਬਾਰਾ ਸਾਨੂੰ ਸਟਾਕ ਲਗਾਉਣਾ ਹੀ ਪੈਂਦਾ ਹੈ ਹੁਣ ਦੇਖੋ ਪਹਿਲਾਂ ਆਪਾਂ ਮੈਂ ਦੇਖੋ ਹੁਣ ਛੋਟੇ ਸਟਾਕ ਲਗਾਉਣੇ ਜਿੰਨੇ ਹੋ ਸਕਦੇ ਇੱਥੇ ਛੋਟੇ-ਛੋਟੇ ਸਟਾਕ ਲਗਾਉਣੇ ਆ ਤੇ ਛੋਟੇ ਸਟਾਕ ਲਗਾ ਕੇ ਆਪਾਂ ਇਥੇ ਸ਼ੋ ਕਰਨਾ ਹੈ ਕਿ ਫਲਾਰ ਖਿੜਿਆ ਹੋਇਆ ਹੋਇਆ ਔਰ ਇਹਦੇ ਪੱਤੀਆਂ ਬਹੁਤ ਸੰਗਣੀਆਂ ਠੀਕ ਹੈ ਸੰਗਣੀਆਂ ਸ਼ੋ ਕਰਾਂਗੇ ਤੇ ਹੁਣ ਵਿੱਚ ਬਰਾਊਨ ਕਲਰ ਦੀ ਡਾਟਿੰਗ ਦੇ ਰਹੀਆਂ ਮੈਂ ਜਿੱਥੇ ਆਪਾਂ ਬੀਜ ਸ਼ੋ ਕਰਨੇ ਆ ਸੈਂਟਰ ਦੇ ਵਿੱਚ ਤੇ ਬਰਾਊਨ ਕਲਰ ਦੇ ਉੱਪਰ ਵਾਈਟ ਨਾਲ ਕਰ ਦੋ ਉਹਦੇ ਨਾਲ ਥੋੜਾ ਜਿਹਾ ਫਲਾਰ ਵੀ ਸ਼ੇਪ ਚ ਉਭਾਰ ਆ ਜਾਏਗਾ ਥੋੜਾ ਉਗੜ ਕੇ ਆਏਗਾ ਫਲਾਰ ਬਾਹਰ ਤੁਸੀਂ ਇਹਦੀ ਜਗ੍ਹਾ ਤੇ ਬਲੈਕ ਕਲਰ ਵੀ ਲਗਾ ਸਕਦੇ ਸੀ ਪਰ ਸਖੋਂ ਲਈ ਜਦੋਂ ਮੇਰੇ ਕੋਲ ਕੋਈ ਵੀ ਕਲਰ ਅਵੇਲੇਬਲ ਹੁੰਦਾ ਤਾਂ ਮੈਂ ਉਹ ਲਾ ਦਿੰਨੀ ਆ ਤੇ ਹੁਣ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਦੂਸਰੇ ਫਲਾਰ ਤੇ ਵਿੱਚ ਵੀ ਇਸੇ ਤਰ੍ਹਾਂ ਹੀ ਡਾਟਿੰਗ ਕਰ ਦੇਣੀ ਆ ਔਰ ਨਾਲ ਦੇ ਜਿਹੜੇ ਬਣੇ ਹੋਇਆ ਉਹਦੇ ਤੇ ਵੀ ਇਸੇ ਤਰ੍ਹਾਂ ਡਾਟਿੰਗ ਕਰਾਂਗੇ ਤੇ orange بیس ਵਾਲਾ ਫਲਾਰ ਵੀ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਸਿਖਾਉਂਗੀ ਡਾਟਿੰਗ ਲਈ ਤੁਸੀਂ ਭਾਵੇਂ ਰਾਉਂਡ ਬ੍ਰਸ਼ ਲੈ ਲਓ ਭਾਵੇਂ ਫਲੈਟ ਲੈ ਲਓ ਭਾਵੇਂ ਰਫ ਬ੍ਰਸ਼ ਲੈ ਲਓ ਡਾਟਿੰਗ ਦਾ ਮਤਲਬ ਸਿਰਫ ਹੁੰਦਾ ਹੈ ਕਿ ਇਹਦੇ ਵਿੱਚ ਕੋਈ ਸ਼ੇਪ ਤਾਂ ਨਹੀਂ ਅਸੀਂ ਦੇਣੀ ਹੁੰਦੀ ਜਸਟ ਥੋੜੇ ਜਿਹੇ ਏਰੀਏ ਦੇ ਵਿੱਚ ਅਸੀਂ ਬਿੰਦੀਆਂ ਬਿੰਦੀਆਂ ਜੀਆਂ ਲਗਾਉਣੀਆਂ ਹੁੰਦੀ ਹੈ ਤੇ ਹੁਣ ਨਾਲ ਦਾ ਫਲਾਰ ਜਿਹੜਾ ਤੁਸੀਂ orange base ਦੇਖ ਰਹੇ ਹੋ ਨਾ ਮੈਨੂੰ ਲੱਗਦਾ ਹੈ ਕਿ ਇਹ ਪੂਰਾ ਨਜ਼ਰ ਨਹੀਂ ਆ ਰਿਹਾ ਪਰ ਫਿਰ ਵੀ ਮੈਂ ਇਹਦੇ ਤੇ ਵੀਡੀਓ ਬਣਾ ਦਿੱਤੀ ਹੁਣ ਪਤਾ ਨਹੀਂ ਤੁਹਾਨੂੰ ਨਜ਼ਰ ਆਏ ਕਿ ਨਾ oh no ਤੁਹਾਨੂੰ ਨਜ਼ਰ ਪੂਰਾ ਨਹੀਂ ਆ ਰਿਹਾ ਚਲੋ ਉਸ ਤੋਂ ਬਾਅਦ ਮੈਂ ਦੂਸਰਾ ਵੀ ਬਣਾਉਂਗੀ ਕਿਉਂਕਿ ਮੈਂ ਬਾਤ ਚ ਜਿਹੜੇ ਵੀਡੀਓ ਜਿਹੜੀ ਉਹ ਬਾਤ ਚ ਬੋਲਦੀ ਆ ਕਿਉਂਕਿ ਇਹ ਆਲਮੋਸਟ ਸ਼ੋਰ ਕਿਤੋਂ ਨਾ ਕਿਤੋਂ ਆ ਹੀ ਜਾਂਦਾ ਤਾਂ ਕਰਕੇ ਮੈਂ ਬਾਤ ਚ ਬੋਲਦੀ ਹਾਂ ਔਰ ਮੈਨੂੰ ਹੋਣ ਪਤਾ ਲੱਗਾ ਕਿ ਇਹ ਫਲਾਰ ਪੂਰਾ ਆ ਹੀ ਨਹੀਂ ਰਿਹਾ ਕੈਮਰੇ ਦੇ ਵਿੱਚ ਤੁਹਾਨੂੰ ਪਤਾ ਚੱਲ ਹੀ ਜਾਏਗਾ ਸੇਮ ਉਹੀ ਆਪਾਂ ਮੈਥਡ ਇੱਥੇ ਯੂਜ਼ ਕਰਾਂਗੇ ਜਿਹੜਾ ਪਹਿਲੇ ਫਲਾਰ ਤੇ ਯੂਜ਼ ਕੀਤਾ ਉਧਰੋਂ ਵੀ ਪੱਤੇ ਉਸੇ ਸ਼ੇਪ ਚ ਫਿਰ ਇਸ ਫਿਰ ਇਹਦੇ ਵਿੱਚ ਆ ਜਿਹੜਾ ਏਰੀਆ ਰਹਿ ਗਿਆ ਇੱਥੇ ਅਸੀਂ ਮਿਕਸਿੰਗ ਦੇ ਦਾਂਗੇ येलो ਕਲਰ ਨਾਲ ਦੇਖੋ ਇੱਥੇ ਮੈਂ ਇਹ ਵਾਲਾ ਫਲਾਰ ਮੈਂ yellow color ਨਾਲ ਬਣਾ ਰਹੀ ਆ ਥੱਲੇ orange base ਕਰਕੇ ਉੱਪਰ yellow color ਇਹਦੇ ਨਾਲ ਥੋੜਾ ਜਿਹਾ ਸ਼ੇਡ ਦੇ ਵਿੱਚ ਫਰਕ ਆਏਗਾ ਸ਼ਾਇਦ ਕੈਮਰੇ 'ਚ ਦਿਖੋ ਨਾ ਹੋਵੇ ਪਰ ਇੱਕ ਪਿਆਰੀ ਜਿਹੀ ਸ਼ੇਡ ਜ਼ਰੂਰ ਆਏਗੀ ਹੁਣ ਥੱਲੋਂ ਸਟਾਕ ਉੱਪਰ ਨੂੰ ਥੋੜਾ ਜਿਹਾ ਬ੍ਰਸ਼ ਨੂੰ ਚੱਕਦੇ ਹੋਏ ਲਗਾ ਕੇ ਠੀਕ ਹੈ ਉਸੇ ਤਰ੍ਹਾਂ ਹੀ ਬਾਹਰਲੀ ਸ਼ੇਪ ਅਸੀਂ ਬਣਾਵਾਂਗੇ ਤੇ ਦੂਸਰੀ ਸਾਈਡ ਤੋਂ ਵੀ उस तरह ही गोल पैटल्स ड्रॉ करा और हूँ सेंटर वाली पैटल आरॉ करा उस तरह ही ठीक है हूँ इस एर अंदर अंदर संघनिया पैटल्स शो करोटे छोटे छोटे स्टॉक सेम डबल शेड नाल ही देवे डबल शेड मतलब दोनों साइड्स से लगा के और जोड़ा मैं ब्रश यूज़ कर रही हूँ जी ये अठ नंबर फ्लैट ब्रश ठीक है ਹੂੰ ਨਾ ਤੁਹਾਨੂੰ ਦਿਖਿਆ ਫਲਾਰ ਤੇ ਤੁਸੀਂ ਦੇਖ ਸਕਦੇ ਹੋ ਬਣ ਗਿਆ ਚਲੋ ਆਪਾਂ ਇੱਕ ਹੋਰ ਤੁਸੀਂ ਧਿਆਨ ਨਾਲ ਦੇਖ ਲਓ ਔਰ ਹਾਂਜੀ ਆ ਜਿਹੜੀਆਂ ਨਿੱਕੀਆਂ ਨਿੱਕੇ ਫਲਾਰਾ ਉਹ ਤੁਸੀਂ ਦੇਖ ਸਕਦੇ ਹੋ ਤਿੰਨ ਤਿੰਨ ਪੈਟਲਸ ਇਹਦੀਆਂ ਬਣਾ ਲਓ ਤੇ ਇਹਦੇ ਵਿੱਚ ਤੁਸੀਂ ਸੰਗੜੀਆਂ ਪੈਟਲਸ ਕਰਨੀਆਂ ਤਾਂ ਜਿਹੜੀ ਇਹਦੇ ਵਿੱਚ ਸਪੇਸ ਹੁੰਦੀ ਹੈ ਨਾ ਉਹਦੇ ਵਿੱਚ ਤੁਸੀਂ ਪੈਟਲਸ ਬਣਾ ਸਕਦੇ ਹੋ ਅਗਲੇ ਫਲਾਰ ਤੇ ਮੈਂ ਦੱਸਦੀ ਹਾਂ ਕਿਦਾਂ ਤੁਸੀਂ ਆਪਣੇ ਵੱਲੋਂ ਸ਼ੇਪ ਚੇਂਜ ਕਰ ਸਕਦੇ ਹੋ ਜਿਵੇਂ ਇੱਕ ਦੋ ਤਿੰਨ ਪੈਟਲਸ ਬਣਾਈਆਂ ਔਰ ਇਹਦੇ ਸੈਂਟਰ ਚ ਵੇਖੋ ਵਿੱਚ ਵਿੱਚ ਮੈਂ ਇੱਕ ਇੱਕ ਹੋਰ ਪੈਟਲ ਬਣਾਤੀ ਤੇ ਦੇ ਨਾਲ ਫਲਾਰ ਥੋੜਾ ਸੰਗਣਾ ਸੰਗਣਾ ਜਿਹਾ ਸ਼ੋ ਹੋ ਜਾਂਦਾ ਔਰ ਇਸੇ ਤਰ੍ਹਾਂ ਹੀ ਆ ਫਲਾਰ ਦੀ ਮੈਂ ਥੋੜੀ ਜਿਹੀ ਸ਼ੇਪ ਚੇਂਜ ਕੀਤੀ ਔਰ ਇਹਦੇ ਵਿੱਚ ਵੀ ਤੁਸੀਂ ਨਾ ਉਸੇ ਤਰ੍ਹਾਂ ਬੀਜ ਭਰਨੇ ਆ ਸ਼ਾਇਦ ਮੈਂ ਵੀਡੀਓ ਵਿੱਚ ਨਹੀਂ ਭਰੇ ਤਾਂ ਤੁਸੀਂ ਜ਼ਰੂਰ ਭਰ ਲੈਣਾ ਉਸੇ ਤਰ੍ਹਾਂ ਹੀ ਆ ਫਲਾਰ ਵੀ ਸੇਮ ਉਸੇ ਸ਼ੇਪ 'ਚ ਅਸੀਂ ਬਣਾਵਾਂਗੇ ਬਰਸ਼ ਮੈਂ ਉਹੀ ਯੂਜ਼ ਕਰ ਰਹੀ ਆ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਆ ਵੱਡਾ ਫਲਾਰ ਤੁਸੀਂ ਧਿਆਨ ਨਾਲ ਦੇਖ ਲੈਣਾ ਸੇਮ ਉਹੀ ਪ੍ਰੋਸੈਸ ਆ ਤੇ ਅੱਜ ਮੈਂ ਕੋਈ ਖਾਸ ਕਹਾਣੀ ਹੈ ਨਹੀਂ ਮੇਰੇ ਦਿਮਾਗ 'ਚ ਪਰ ਫਿਰ ਵੀ ਇੱਕ ਗੱਲ ਮੈਂ ਜ਼ਰੂਰ ਕਵਾਂਗੀ ਵੀ ਕੋਸ਼ਿਸ਼ ਤੋਂ ਨਹੀਂ ਹਾਰਨਾ ਜਿਵੇਂ ਕਿ ਤੁਸੀਂ ਸਾਰਿਆਂ ਨੇ ਇੱਕ ਕਹਾਣੀ ਆਪਣੀਆਂ ਕਿਤਾਬਾਂ 'ਚ ਜ਼ਰੂਰ ਪੜ੍ਹੀ ਹੋਣੀ ਹੈ ਇੱਕ ਜਦੋਂ ਰਾਜਾ ਹੁੰਦਾ ਆ ਉਹ ਜਦੋਂ ਇੱਕ ਵਾਰੀ ਦੁਸ਼ਮਣ ਆਪਣੇ ਤੋਂ ਹਾਰ ਜਾਂਦਾ ਦੁਸ਼ਮਣ ਦੀਆਂ ਫੌਜਾਂ ਤੋਂ ਤੇ ਇੱਕ ਗੁਫਾ ਦੇ ਵਿੱਚ ਜੰਗਲ ਦੇ ਵਿੱਚ ਭੱਜਦਾ ਔਰ ਉੱਥੇ ਉਹਨੂੰ ਇੱਕ ਗੁਫਾ ਦਿਖਾਈ ਦਿੰਦੀ ਆ ਉੱਥੇ ਆਪਣੀ ਜਾਨ ਬਚਾਉਣ ਲਈ ਲੋਕ ਕੇ ਬੈਠਦਾ ਤੇ ਉਹ ਗੁਫਾ ਵਿੱਚ ਦੇਖਦਾ ਹੈ ਵੀ ਇੱਕ ਮੱਕੜੀ ਹੁੰਦੀ ਹੈ ਉਹ بار-बार ਆਪਣੀ ਮੰਜ਼ਲ ਤੇ ਪਹੁੰਚਣ ਦੀ ਕੋਸ਼ਿਸ਼ ਕਰਦੀ ਉੱਪਰ ਚੜਦੀ ਆ ਤੇ ਇੱਕ ਕਾਰਨਰ ਦੇ ਵਿੱਚ ਤੇ ਪਰ ਹਰ ਵਾਰ ਉਹ ਥੱਲੇ ਡਿੱਗ ਜਾਂਦੀ ਹੈ ਇਹ ਹੁਣੇ-ਹੁਣੇ ਮੇਰੇ ਚਲੋ ਦਿਮਾਗ 'ਚ ਆ ਗਈ ਕਹਾਣੀ ਤੇ ਮੈਂ ਤੁਹਾਨੂੰ ਸੁਣਾ ਰਹੀ ਆ ਉਹ ਵੀ ਤਾਂ ਕਿਉਂਕਿ ਅਕਸਰ ਹੀ ਅਸੀਂ ਇਹ ਕਹਾਣੀ ਬੱਚਿਆਂ ਨੂੰ ਜ਼ਰੂਰ ਸੁਣਾਉਣੇ ਆ ਸਕੂਲ ਦੇ ਵਿੱਚ ਤੇ ਉਹ ਕੀ ਹੁੰਦਾ ਹੈ ਕਿ ਉਹ ਵੇਖਦਾ ਰਹਿੰਦਾ ਬੜੀ ਨੀਜ ਦੇ ਨਾਲ ਇਹ ਮੱਕੜੀ ਆਖਰ ਬਾਰ-ਬਾਰ ਟਰਾਈ ਕਰਦੀ ਆ ਫਿਰ ਡਿੱਗ ਜਾਂਦੀ ਆ ਹੁਣ ਆਖਰਕਾਰ ਉਹ ਮੱਕਰੀ ਪਰ ਉਹ ਆਪਣੀ ਟਰਾਈ ਨਹੀਂ ਛੱਡਦੀ ਕੋਸ਼ਿਸ਼ ਨਹੀਂ ਹਾਰਦੀ ਅਖੀਰ ਤੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦੀ ਆ ਤੇ ਰਾਜੇ ਨੂੰ ਇਹ ਚੀਜ਼ ਵੇਖ ਕੇ ਇਨਾ ਹੌਸਲਾ ਮਿਲਦਾ ਕਿ ਜੇ ਛੋਟੀ ਜੀ ਮੱਕੜੀ ਆਪਣੀ ਮੰਜ਼ਿਲ ਸਰ ਕਰ ਸਕਦੀ ਆ ਤੇ ਮੈਂ ਇੱਕ ਰੱਡਾ ਵੱਡਾ ਰਾਜਾ ਹੋ ਕੇ ਇੱਕ ਲੋਕ ਕੇ ਬੈਠ ਗਿਆ ਪਿੱਠ ਦਿਖਾ ਰਿਆ ਕੀ ਕਰਦਾ ਫਿਰ ਆਪਣੇ ਦੇਸ਼ ਵਾਪਸ ਜਾਂਦਾ ਉੱਥੇ ਆਪਣੀ ਫਿਰ ਸੈਨਾ ਇਕੱਠੀ ਕਰਦਾ ਫਿਰ ਉਸੇ ਤਰ੍ਹਾਂ ਹੀ ਤਿਆਰੀ ਕਰਕੇ ਦੁਸ਼ਮਨ ਤੇ ਹਮਲਾ ਬੋਲਦਾ ਹੈ ਤੇ ਆਖਰਕਾਰ ਉਹ ਦੁਸ਼ਮਨ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਦਾ ਹੈ ਤਾ کئی ਵਾਰੇ ਛੋਟੀਆਂ ਛੋਟੀਆਂ ਚੀਜ਼ਾਂ ਛੋਟੇ ਛੋਟੇ ਜੀਵ ਸਾਨੂੰ ਜ਼ਿੰਦਗੀ ਦਾ ਬੜਾ ਵੱਡਾ ਸਬਕ ਦੇ ਜਾਂਦੇ ਨੇ ਸੋ ਤੁਸੀਂ ਵੀ ਉਸੇ ਮੱਕੜੀ ਦੇ ਵਾਂਗੂ ਹੀ बार-बार ਮਿਹਨਤ ਕਰਨੀ ਹੈ ਮਿਹਨਤ ਕਰਨੀ ਨਹੀਂ ਛੱਡਣੀ ਪ੍ਰੈਕਟਿਸ ਕਰਨੀ ਨਹੀਂ ਛੱਡਣੀ ਕੋਸ਼ਿਸ਼ ਕਰਨੀ ਨਹੀਂ ਛੱਡਣੀ ਅਕਸਰ ਹੀ ਮੈਨੂੰ ਮੈਸੇਜ ਆਉਂਦੇ ਆ ਕਿ ਅਸੀਂ ਕਰਨੀ ਤਾਂ ਚਾਹੁੰਦੇ ਆ ਪ੍ਰੈਕਟਿਸ ਸੌਰੀ ਪੇਂਟਿੰਗ ਬਟ ਸਾਨੂੰ ਆਉਂਦੀ ਨਹੀਂ ਆ ਅਸੀਂ ਤੁਹਾਡੇ ਵਾਂਗ ਬ੍ਰਸ਼ ਨਹੀਂ ਚਲਾ ਪਾਉਂਦੇ ਡਬਲ ਸਾਈਡ ਤੇ ਬ੍ਰਸ਼ ਤੇ ਕਲਰ ਨਹੀਂ ਲਗਾ ਕੇ ਚਲਾ ਪਾਉਂਦੇ ਕੋਈ ਹੋਰ ਤਰੀਕਾ ਦੱਸੋ ਸਿੰਗਲ ਬ੍ਰਸ਼ ਨਾਲ ਦੱਸੋ ਵੀ ਕਿੱਦਾਂ ਸਿੰਗਲ ਕਲਰ ਨਾਲ ਅਸੀਂ ਡਬਲ ਇਫੈਕਟ ਦੇਈਏ ਤਾਂ ਕੋਈ ਗੱਲ ਨਹੀਂ ਆ ਜਿਹੜੇ ਵੀ ਤਰੀਕੇ ਨਾਲ ਤੁਹਾਨੂੰ ਆਉਂਦਾ ਕਰੋ ਜਦੋਂ ਤੁਸੀਂ ਇੱਕ ਤਰੀਕੇ ਨਾਲ ਪਰਫੈਕਟ ਹੋ ਜਾਓਗੇ ਨਾ ਦੂਜੇ 'ਚ ਆਪਣੇ ਆਪ ਹੋ ਜਾਓਗੇ ਠੀਕ ਹੈ ਤੇ ਹੁਣ ਮੈਂ ਡੰਡੀਆਂ ਬਣਾ ਰਹੀਆਂ ਜਿਸ ਤਰ੍ਹਾਂ ਕਿ ਛੋਟੇ ਹੁੰਦੇ ਜਦੋਂ ਅਸੀਂ ਪਹਿਲੀ ਆਪਣੀ ਮਾਂ ਬੋਲੀ ਸਿੱਖਦੇ ਹਾਂ ਜਦੋਂ ਅਸੀਂ ਮਾਂ ਬੋਲੀ ਚ ਪਰਫੈਕਟ ਹੋ ਜਾਂਦੇ ਹਾਂ ਨਾ ਉਸ ਤੋਂ ਬਾਅਦ ਹੌਲੀ 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 ਅਸੀਂ ਦੂਜੀਆਂ ਪਛਾਵਾਂ ਮਤਲਬ ਉਹੀ ਜਦੋਂ ਇੱਕ ਚੀਜ਼ ਚ ਪਰਫੈਕਟ ਹੋ ਜੀਏ ਨਾ ਦੂਜੀਆਂ ਚੀਜ਼ਾਂ ਆਟੋਮੈਟਿਕਲੀ ਉਹਦੇ ਨਾਲ ਜੁੜੀਆਂ ਹੁੰਦੀਆਂ ਫਿਰ ਸਾਨੂੰ ਆਉਣ ਲੱਗ ਜਾਂਦੀਆਂ ਹਨ ਹਣਾ ਹੁਣ ਦੇਖੋ ਸੈਪ ਗ੍ਰੀਨ ਕਲਰ ਸਿੰਗਲ ਯੂਜ਼ ਕੀਤਾ ਮੈਂ ਔਰ ਉਹਦੇ ਨਾਲ ਪੱਤੀਆਂ ਬਣਾ ਰਹੀਆਂ ਤੇ ਇਹ ਪੱਤੀਆਂ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਹੋ ਮਤਲਬ ਡਬਲ ਸਟਾਕ ਦੇਣੀ ਡਬਲ ਦੇ ਲੋ ਸਿੰਗਲ ਦੇਣਾ ਸਿੰਗਲ ਦੇ ਦੋ ਮੋਟੀਆਂ ਬਣਾਉਣੀਆਂ ਮੋਟੀਆਂ ਬਣਾ ਲਓ ਠੀਕ ਹੈ ਤੇ ਪੱਤੀਆਂ ਬਣਾਉਣੀਆਂ ਪਤਨੀਆਂ ਬਣਾ ਲਓ ਤੇ ਸੌਰੀ ਮੈਂ ਤੁਹਾਨੂੰ ਸ਼ਾਇਦ ਕਿਹਾ ਨਹੀਂ ਵੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪਲੀਜ਼ ਸ਼ੇਅਰਿੰਗ ਬਹੁਤ ਜ਼ਰੂਰੀ ਹੈ ਦੇਖੋ ਤੁਸੀਂ ਜਿਹੜਾ ਵੀ ਕਮੈਂਟ ਕਰਦੇ ਹੋ ਔਰ ਜਿਹੜਾ ਵੀ ਡਿਮਾਂਡ ਕਰਦੇ ਹੋ ਨਾ ਫਲਾਰ ਬਣਾਉਣ ਦੀ ਮੈਂ ਉਹ ਜ਼ਰੂਰ ਬਣਾਉਂਦੀ ਆ ਮੇਰੀ ਕੋਸ਼ਿਸ਼ ਹੁੰਦੀ ਆ ਕੋਈ ਛੁੱਟ ਜਾਵੇ ਤਾਂ ਛੁੱਟ ਜਾਵੇ अदरवाइज ਮੈਂ ਛੁੱਟਣ ਦਿੰਦੀ ਨਹੀਂ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੁਹਾਡੀ ਛੋਟੀ ਜਿਹੀ ਸ਼ੇਅਰਿੰਗ ਆਪਣੇ ਚੈਨਲ ਨੂੰ ਇੱਕ ਗਰੋਥ ਦੇ ਸਕਦੀ ਆ ਠੀਕ ਹੈ ਜਿਆਦਾ ਜਾਣਿਆ ਚ ਜਾਏਗੀ ਥੈਂਕ ਯੂ